ਦੇਖਣਾ ਤਮਾਮ ਦੋਸਤਾਂ ਨੂੰ ਜਨਾਬ ਬਹੁਤ ਦਿਲ ਦੀ ਮੁਬਾਰਕਬਾਦ ਬ੍ਰੇਕਿੰਗ ਨਿਊਜ਼ ਦੇ ਨਾਲ ਅਸੀਂ ਜਨਾਬ ਆਗਾਜ਼ ਕਰ ਰਹੇ ਹਾਂ ਉਸਤਾਦ ਬਹੁ ਅਜਾਜ਼ ਸਾਹਿਬ ਉਸਤਾਦ ਇਸ਼ਫਾਕ ਨਜ਼ੀਰ ਛੱਤ ਉਸਤਾਦ ਬਹੁ ਅਜਾਜ਼ ਟਾਈਲਾਂ ਵਾਲੇ ਮਾਸ਼ਾਅੱਲਾ ਛੱਤ ਵਾਈਟ ਹਾਊਸ ਮੈਂ ਰੱਖਿਆ ਸੀ ਦੋਸਤ ਕਹਿੰਦੇ ਸਨ ਇੱਕ ਦੋ ਤਿੰਨ ਕੀ ਏ ਤੇ ਬੜਾ ਦੋਸਤ ਪਿਆਰ ਮੁਹੱਬਤ ਨਾਲ ਛੱਤ ਦਾ ਨਾਂ ਰੱਖਿਆ ਸੀ 1 2 3 ਮਾਲਕ ਨੇ ਸਾਡੇ ਅਲਫਾਜ਼ ਦੇ ਵਿੱਚ ਬਰਕਤ ਪਾਈ ਏ ਛੱਤ ਵਾਈਟ ਹਾਊਸ 1 2 3 ਕਰਕੇ ਅਸੀਂ ਗੁਜਰਾਲਾ ਚੈਂਪੀਅਨ ਵਨ ਡੇ ਦੇ ਖਿਤਾਬ ਹਾਸਲ ਕੀਤਾ ਹੈ ਦੂਸਰੇ ਡਜ਼ੇ ਤੀਸਰੇ ਡਜ਼ੇ ਵਿੱਚ 17 ਮਾਰਚ ਦੇ ਵਿੱਚ ਇਹ ਵਿਨਿੰਗ ਪੈਨਲ ਹੈ ਸਾਡਾ ਤੇ ਪੰਜਾਬ ਦੇ ਵਿੱਚ ਵੀ ਸਾਡੀ ਨੁਮਾਇਆ ਪੋਜੀਸ਼ਨ ਇਸ ਵਕਤ ਮੌਜੂਦ ਨੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਜਨਾਬ ਅਸੀਂ ਸ਼ੁਕਰ ਗੁਜ਼ਾਰ ਹਾਂ ਜਿਹੜੇ ਕਰਾਡਰ ਜਾਂਦਾ ਰਾਣਾ ਨਵਾਜ਼ ਸਾਹਿਬ ਨੂੰ ਇਹ ਮੇਰਾ ਸ਼ਾਗਿਰਦ ਨੇ ਦੂਸਰੀ ਪੋਜੀਸ਼ਨ ਸੀ ਤੇ ਬੇਹਤਰੀਨ ਕਾਰਗਰਦਗੀ ਸੀ ਅੱਜ ਮਾਸ਼ਾਅੱਲਾ ਅਸੀਂ ਉਹ ਜੀ ਵਿਕਟਰੀ ਦਾ ਨਿਸ਼ਾਨ ਬਣਾਓ ਆਲ ਗੁਜਰਾਲਾ ਚੈਂਪੀਅਨ ਵਨ ਡੇ ਉਸਤਾਦ ਅਸ਼ਫਾਕ ਨਜ਼ੀਰ ਛੱਤ ਸਾਰ ਬਹੁ ਜਾਸ ਟਾਈਲਾਂ ਵਾਲੇ ਛੱਤ ਵਾਈਟ ਹਾਊਸ 1 2 3 ਤੇ ਉਸਤਾਦ ਚੌਧਰੀ ਮੋਇਨਵਾਜ਼ ਗੁਮਨ ਜ਼ਿੰਦਾਬਾਦ ਉਸਤਾਦ ਚੌਧਰੀ ਮੋਇਨਵਾਜ਼ ਗੁਮਨ ਸਾਹਿਬ ਨੂੰ ਆਪਣੇ ਗੁਜਰਾਂ ਚ ਲੀਡ ਕੀਤਾ ਹੈ ਅਸੀਂ ਜਨਾਬ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ ਬਹੁਤ ਸ਼ੁਕਰੀਆ ਇਹ ਬੱਚੇ ਦਾ ਹੋਦੀ ਲੋ ਜੀ ਦੋਸਤੋ ਇਹ ਜੇ ਵਿਨਿੰਗ ਸਕੁਆਡ ਇਹ ਵੀ 2 3 4 ਬੱਚੇ ਮੇਰੇ ਘਰ ਦੇ ਨੇ ਜਿਹੜੇ ਦੋਸਤ ਕਹਿੰਦੇ ਸਾਨੂੰ ਭਾਈ ਸ਼ਫਾਕ ਤੁਸੀਂ ਲਾਈਵ ਨਹੀਂ ਚਲਾਉਂਦੇ ਤੇ ਆਪਣੇ ਬੱਚਿਆਂ ਨੂੰ ਦਿਖਾਉਂਦੇ ਜਨਾਬ ਕੁਛ ਕਰਾਂਗੇ ਤੇ ਦਿਖਾਵਾਂਗੇ ਮੀਡੀਆ ਪਬਲਿਸਿਟੀ ਦਾ ਮੈਨੂੰ ਕੋਈ ਸ਼ੌਕ ਨਹੀਂ ਹੈ ਇਹ ਬੱਚਾ ਬੈਠਾ ਖਾਸ ਕਾਬਲੇ ਗੌਰ ਗੱਲ ਹੈ ਕਮਾਂਡੋ ਬੱਚਾ ਕਿਉਂ ਜੀ ਜ਼ੀਰੋ ਕਰੀ ਦਾ ਬੱਚਾ 6 15 ਤੇ ਲਾਈਟ ਤੇ ਵੀ ਨਹੀਂ ਲੱਗਾ ਪਹਿਲੇ ਦਿਨ ਪਾਇਆ ਵੇ ਛੋਟਾ ਜਿਹਾ ਕਿਉਂ ਜੀ 12 ਦਿਨ ਪਹਿਲਾਂ ਮੈਂ ਬੱਚਾ ਲਿਆਂਦਾ ਸੀ ਵਾਇਰਸ ਤੋਂ ਬੱਚੇ ਖਤਮ ਹੋ ਗਏ ਸਨ ਤੇ ਮੈਂ ਕਿਹਾ ਸੀ ਇਹ ਬੱਚਾ ਮੋਰ ਲਵਾਏਗਾ ਤੇ ਅੱਲਾਹ ਤਾਲਾ ਨੇ ਸਾਡੇ ਜਨਾਬ ਅਲਫਾਜ਼ ਕਬੂਲ ਕੀਤੇ ਨੇ ਕਿਉਂ ਬਾਊ ਜੀ ਇਹ ਕਮਾਂਡੋ ਬੱਚੇ ਨੇ ਜਨਾਬ ਸਾਡੀ ਜਿੱਤ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ ਹੈ ਇੱਕ ਇਹ ਤਾਤੀ ਹੈ ਜਨਾਬ ਇਹ ਵੀ ਬਰੀਡ ਦਾ ਵੀ ਮੁਤਾਰਕ ਕਰਾ ਜੀ ਚੱਪੜੇ ਬੜੇ ਦੋਸਤ ਕਹਿੰਦੇ ਜਨਾਬ 6 ਵਜੇ ਪਿਛਲੇ ਪੈਨਲ ਦੇ ਵਿੱਚ ਵੀ ਆਇਆ ਸੀ ਮਾਨਲ ਦੇ ਵਿੱਚ ਵੀ ਸੁਣਾ ਰਹੇ ਸੁਣਾ ਦੀ ਬਰੀਡ ਹੈ ਇੱਕ ਦਫਾ ਬਹੁ ਜਾ ਸਾਹਿਬ ਵੱਲੋਂ ਕਰੋ ਜਨਾਬ ਕਿਉਂ ਜੀ ਬਾਊ ਜੀ ਕੀ ਆਪਣੀ ਜਿੱਤ ਦੇ ਤੁਸੀਂ ਖਸੂਸੀ ਅਲਫਾਜ਼ ਅਦਾ ਕਰਨਾ ਚਾਹੋਗੇ ਇਸ ਦੀ ਖਸੂਸੀ ਅਲਫਾਜ਼ ਕੇ ਇਸਤੇਮਾਲ ਕਰਨੇ ਭਾਈ ਨਵਾਜ਼ ਦੀ ਸਾਰੀ ਮਿਹਨਤ ਹੈ ਇਹਨਾਂ ਦੀ ਮਿਹਨਤ ਦੀ ਰੰਗ ਲਿਆਈ ਹੈ ਤੇ ਤੁਹਾਡੇ ਨਾਲ ਰਹਿਨਮਾਈ ਅੱਲਾਹ ਪਾਕ ਨੇ ਕੋਸ਼ਿਸ਼ ਕੀਤੀ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਅਸੀਂ ਬੈਸਟ ਆਫ ਲੱਕ ਕਰਨੇ ਹਾਂ ਸਾਰੇ ਪਾਰਟੀ ਨੂੰ ਆਪਣੇ ਦੋਸਤਾਂ ਨੂੰ ਆਪਣੀ ਟੀਮ ਨੂੰ ਅਸੀਂ ਫਿਰ ਇੱਕ ਦਫਾ ਜਨਾਬ ਗੁਜਰਾਂ ਵਿੱਚ ਉਸਤਾਦ ਸ਼ਾਹ ਉਹਦੀ ਮੋਇਨਵਾਜ਼ ਘੁੰਮਣ ਸਾਹਿਬ ਗਰੁੱਪ ਨੇ ਲੀਡ ਕੀਤਾ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਸਾਰੀ ਕਾਮਯਾਬੀ ਦਾ ਕ੍ਰੈਡਿਟ ਅਸੀਂ ਆਪਣੀ ਪਾਰਟੀ ਨੂੰ ਦੇਵਾਂਗੇ ਉਸਤਾਦ ਸ਼ਾਹ ਉਹਦੀ ਮੋਇਨਵਾਜ਼ ਘੁੰਮਣ ਸਾਹਿਬ ਤੇ ਦਫ ਉਸਾਰ ਗੁਲਜ਼ਾਰ ਗੋਗੀ ਪਹਿਲਵਾਨ ਜਿੱਥੇ ਅਸੀਂ ਗੁਜਰਾਂ 'ਚ ਬੈਠ ਕੇ ਸ਼ੌਕ ਕਰ ਰਹੇ ਹਾਂ ਬਲਕਿ ਦੋਨੋਂ ਦਫਾ ਨਾਲ ਲਹਾ ਕੇ ਗੁਜਰਾਲਾ ਵਿੱਚ ਉਸਤਾਦ ਗੋਗੀ ਪਹਿਲਵਾਨ ਤਮਾਮ ਦਫ ਨੂੰ ਜਨਾਬ ਮੇਰੇ ਵੱਲੋਂ ਖੁਸ਼ੀ ਮੁਬਾਰਕਬਾਦ ਉਸਤਾਦ ਬਹੁ ਉਜਾਜ਼ ਸਾਹਿਬ ਵੱਲੋਂ ਵੀ ਬਹੁਤ ਸ਼ੁਕਰੀਆ ਸਰ ਅੱਲਾਹ ਹਾਫਿਜ਼